ਦੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਹੈਗੀ ਹੈ ਕਿ ਸੁਭਾਸ਼ ਚਾਵਲਾ ਜੀ ਮੈਨੂੰ ਲੱਗਦਾ ਹੈ ਕਿ ਪੋਲਿਟਿਕਸ 'ਚ ਇਨਐਕਟਿਵ ਹੋਏ ਸੀ ਇਹ ਜਿਹੜਾ ਟਾਈਅਪ ਹੈਗਾ ਇਹ ਤੇ ਮੇਅਰ ਚਨਾਵ ਤੋਂ ਪਹਿਲਾਂ ਹੋ ਗਿਆ ਸੀ ਔਰ ਉਹ ਸਾਡੇ ਨਾਲ ਇਟਾਵੇ ਦੇ ਉੱਤੇ ਰਾਤੀ 1.5 2 ਵਜੇ ਤੱਕ ਬੈਠੇ ਰਹੇ ਨੇ ਔਰ ਡਿਸਕਸ਼ਨ ਕਰਦੇ ਰਹੇ ਨੇ ਮੇਰੇ ਨਾਲ ਹੀ ਕਿ ਟਾਈਅਪ ਵਧੀਆ ਹੋ ਗਿਆ ਹੁਣ ਮੇਅਰ ਵੀ ਆਪਣਾ ਬਣ ਜਾਊਗਾ ਮੁੜ ਕੇ ਐਮਪੀ ਵੀ ਆਪਣਾ ਬਣ ਜਾਊਗਾ ਤੇ ਤਦ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਟਾਈਅਪ ਹੋ ਗਿਆ ਔਰ ਇੰਨੇ ਇਹ ਗੱਲ ਹੈਗੀ 8 ਜਨਵਰੀ ਦੀ ਤੇ ਹੁਣ ਦੇਖ ਲਓ ਕਿਹੜੀ ਤਰੀਕ ਚੱਲਦੀ ਪਈ ਹੈ ਬਈ ਮਈ ਦਾ ਮਹੀਨਾ ਆ ਗਿਆ 4 ਮਹੀਨੇ ਲਗਭਗ ਹੋ ਗਏ ਨੇ ਲੇਕਿਨ ਉਹ ਤਾਂ ਸਾਫ਼ ਤੌਰ ਤੇ ਕਹਿ ਰਹੇ ਕਿ ਮੇਰਾ ਦਿਲ ਤਾਂ ਉਸੇ ਦਿਨ ਤੋਂ ਟੁੱਟ ਗਿਆ ਸੀ ਨਹੀਂ ਉਹ ਦਿਲ ਨਹੀਂ ਟੁੱਟਿਆ ਸੀਗਾ ਉਹ ਵੇਟ ਕਰ ਰਹੇ ਸੀਗੇ ਕਿ ਕਦ ਟਾਈਮ ਆਵੇ ਤੇ ਮੈਂ ਆਪਣਾ ਲਾਭ ਚੱਕਾਂ ਔਰ ਭਾਜਪਾ ਚੋਂ ਗਏ ਨੇ ਆਪਣੇ ਪਰਸਨਲ ਲਾਭ ਕਰਕੇ ਕੀ ਲਾਭ ਹੋ ਸਕਦਾ ਇਹ ਸੋਚਣ ਦੀ ਗੱਲ ਹੈਗੀ ਕਿਉਂ ਗਏ ਨੇ ਸੋਚਣ ਦੀ ਗੱਲ ਹੈ ਜਿਨ੍ਹਾਂ ਨੂੰ ਪਾਰਟੀਆਂ ਨੇ ਪ੍ਰਧਾਨ ਲਾਇਆ ਦੋ ਵਾਰੀ ਮੇਰ ਬਣਾਇਆ ਉਹ ਆਪਣੇ ਪਰਸਨਲ ਇੰਟਰਸਟ ਇਹਨਾਂ ਦੀ ਕੋਈ ਉਹ ਨਹੀਂ ਹੁੰਦੀ ਕਿ ਵੀ ਅਸੀਂ ਇਸ ਪਾਰਟੀ ਨਾਲ ਜੁੜੇ ਪਰਸਨਲ ਇੰਟਰਸਟ ਨੂੰ ਦੇਖ ਕੇ ਮੌਕੇ ਦੇ ਉੱਤੇ ਧੋਖਾ ਦੇ ਕੇ ਇਹਨਾਂ ਨੇ ਪਾਰਟੀ ਜੁਆਇਨ ਕੀਤੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਇਸ ਚ ਦੇਖਣ ਵਾਲੀ ਉਹ ਹੈ ਕਿ ਆਮ ਆਦਮੀ ਪਾਰਟੀ ਤੋਂ ਤੇ ਕਹਿੰਦੇ ਨੁਕਸਾਨ ਹੋਇਆ भारतीय जनता पार्टी ने फायदा किया कांग्रेस का भारतीय जनता पार्टी तो की लाभ कांग्रेस ने जेडा कहते मैं बीजेपी चले गए और जिस बंद ने खून किया डेमोक्रेसी का मर्डर ऑफ डेमोक्रेसी मैं नहीं कह रहा सुप्रीम कोर्ट कह रहे थे अनिल मसीह ए मतलब ए भी कॉन्सटीट्यूशन के खिलाफ ने यह भी इस चीज के खिलाफ ने जिस ਪਾਰਟੀ ਜਿਹੜੀ ਪਾਰਟੀ ਉਹਨਾਂ ਨੂੰ ਪ੍ਰੋਟੈਕਟ ਕਰ ਰਹੀ ਐ ਅਨਿਲ ਮਸੀਨ ਨੂੰ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈਗਾ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਨੇ ਨੋਮੀਨੇਟਡ ਕਾਉਂਸਲਰ ਬਣਾਇਆ ਔਰ ਉਸ ਤੋਂ ਬਾਅਦ ਉਹਨੇ ਜਿਹੜਾ ਕਾਂਡ ਕੀਤਾ ਐ ਕੈਮਰੇਵਲ ਦੇਖ ਕੇ ਐ ਕਰਦਾ ਸੀਗਾ ਨਾ ਜੀ ਉਸ ਦਾ ਹਿੱਸਾ ਬਣ ਗਿਆ ਚੌਲਾ ਸਾਹਿਬ ਮੈਂ ਤੇ ਸਮਝਦਾ ਕਿ ਚਾਵਲਾ ਸਾਹਿਬ ਦੇਸ਼ ਨੂੰ ਖਤਰਾ ਹੈ ਕਰ ਕਿਸੇ ਪਾਰਟੀ ਦੇ ਤੇ 파ਟੇ ਦਾ 파ਟੇ ਔਰ ਅੱਜ ਤੁਸੀਂ ਉਹਦਾ ਹਿੱਸਾ ਬਣ ਗਏ। ਲੇਕਿਨ ਸੰਜੀ ਜੀ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ। ਜੇਕਰ ਮੈਨੂੰ ਕਹੋਗੇ ਦਰਿਆ ਬਿਛਾਤਾ ਮੈਂ ਦਰਿਆ ਵੀ ਬਿਛਾਉਂਗਾ। ਭਾਜਪਾ ਪਾਰਟੀ ਮੈਂ ਬੜਾ ਪ੍ਰਭਾਵਿਤ ਹੋਇਆ ਨਰੇਂਦਰ ਮੋਦੀ ਤੋਂ ਮੈਂ ਬਹੁਤ ਪ੍ਰਭਾਵਿਤ ਆ ਸੰਜੇ ਟੰਡਨ ਤੋਂ ਔਰ ਅੱਜ ਹੀ ਮੇਰ ਤੋਂ ਰਿਜ਼ਲਟ ਲਿਖਵਾ ਲਓ ਕਿ ਭਾਜਪਾ ਚੰਡੀਗੜ੍ਹ ਦੇ ਵਿਚਾਰੀ। ਪਿਛਲੇ 10 ਸਾਲ ਦੇ ਅੰਦਰ ਤੁਸੀਂ ਇਹ ਦੱਸੋ ਵੀ ਭਾਰਤੀ ਜਨਤਾ ਪਾਰਟੀ ਨੇ ਇਹ ਕੰਮ ਕੀਤਾ ਜਿਸ ਤੋਂ ਚਾਵਲਾ ਜੀ ਪ੍ਰਭਾਵਿਤ ਚਾਵਲਾ ਜੀ ਬੋਲਣ ਚੈਨਲ ਦੇ ਉੱਤੇ ਕਿ ਇਹ ਕੰਮ ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ ਦੇ ਹਿੱਤ ਚ ਕੀਤਾ ਅੱਜ ਕਿੰਨੇ ਦਿਨ ਹੋ ਗਏ ਰੋਜ ਮਨੀਸ਼ ਦਿਵਾੜੀ ਜੀ ਕਹਿੰਦੇ ਨੇ ਟਵੀਟ ਕਰਦੇ ਨੇ ਕਿ ਆਓ ਆਪਾਂ ਡਿਸਕਸ਼ਨ ਕਰੀਏ ਉਹ ਉਹ ਇਹ ਕਹਿ ਰਿਹਾ ਕਿ ਕਾਂਗਰਸ ਇਹ ਕਰੇਗੀ ਉਹ ਸਵਾਲ ਹੈ ਪਿਛਲੇ 10 ਸਾਲਾਂ ਤੁਹਾਡੀ ਸਰਕਾਰ ਸੀ ਉਹਦੀ ਗੱਲ ਕਰੋ ਪਿਛਲੇ 8 ਸਾਲ ਤੋਂ ਤੁਹਾਡਾ ਮੇਅਰ ਸੀ ਉਹਦੀ ਗੱਲ ਕਰੋ ਕੰਮ ਤਾਂ ਕੋਈ ਕੀਤਾ ਨਹੀਂ ਡਵੈਲਪਮੈਂਟ ਦੀ ਕੋਈ ਗੱਲ ਨਹੀਂ ਕੀਤੀ ਅੱਜ ਚਾਵਲਾ ਜੀ ਵਰਗੇ ਹੋਰ ਵੀ ਜਿਹੜੇ ਬੰਦੇ ਹੁੰਦੇ ਨੇ ਨਾ ਜਿਹੜੇ ਇੰਟਰਸਟ ਬੇਸਡ ਕੰਮ ਕਰਦੇ ਨੇ ਜਿਨਾਂ ਨੂੰ ਲੱਗਦਾ ਸਾਡਾ ਅਸੀਂ ਜਿੰਦਾ ਰਹੀਏ ਬਸ politix ਚ ਬਾਕੀ ਪਾਰਟੀਆਂ ਨਾਲ ਜੋ ਮਰਜ਼ੀ ਹੋਏ ਦੇਸ਼ ਜਿੱਥੇ ਮਰਜ਼ੀ ਜਾਵੇ ਚੰਡੀਗੜ੍ਹ ਇੱਥੇ ਮਰਜ਼ੀ ਜਾਵੇ ਸਾਡ ਨੂੰ ਬਸ ਜੀਵਤ ਰਹਿਣਾ ਹੈ ਉਸ ਕਰਕੇ ਆਪਣੇ ਪਰਸਨਲ ਇੰਟਰਸਟ ਕਰਕੇ ਗਏ ਹੈ ਔਰ ਐਫੋ ਜੇ ਲੋਕਾਂ ਨੂੰ 1 ਜੂਨ ਨੂੰ ਜੋ ਕਲੀਅਰ ਹੋਏਗਾ ਜਦ VOTING ਹੋਏਗੀ ਜਦ ਭਾਰਤੀ ਜਨਤਾ ਪਾਰਟੀ ਬਾਹਰ ਜਾਏਗੀ ਤੇ ਇਸ ਚ ਇਹ ਵੀ ਜ਼ਿੰਮੇਵਾਰ ਹਨ ਲੇਕਿਨ ਇੱਕ ਕਲ ਹੋਰ ਉਹਨਾਂ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਕਰਕੇ ਹੀ ਜਿਹੜੇ ਕਾਂਗਰਸ ਦੇ ਲੀਡਰ ਸੀ ਪੁਰਾਣੇ ਲੀਡਰ ਸੀ ਸਮਰਥਕ ਸੀ ਕਾਰਕਟਰਤਾ ਸੀ ਉਹ ਵਖਵਖ ਹੋਏ ਨੇ ਪਾਰਟੀ ਬਿਲਕੁਲ ਟੁੱਟ ਚੁੱਕੀ ਹੈ ਇੰਟਰਨਲੀ ਕਲੇਜ ਜਿਹੜਾ ਹੈਗਾ ਉਹ ਜ਼ਰੂਰ ਹੋਇਆ ਸਿਰਫ ਆਮ ਆਦਮੀ ਪਾਰਟੀ ਦੇਖੋ ਇੰਨਾ ਮੈਂ ਪਹਿਲਾਂ ਵੀ ਗੱਲ ਪੁੱਛੀ ਕਿ ਭਾਰਤੀ ਜਨਤਾ ਪਾਰਟੀ ਤੋਂ ਕੀ ਫਾਇਦਾ ਹੋਇਆ ਇਹ ਕਹਿ ਰਹੇ ਨੇ ਵੀ ਮੈਂ ਕਾਂਗਰਸ ਦਾ ਉਹ ਹੈਗਾ ਕਾਂਗਰਸ ਨੂੰ ਭਾਰਤੀ ਜਨਤਾ ਪਾਰਟੀ ਤੋਂ ਕੀ ਫਾਇਦਾ ਹੋਇਆ ਅੱਜ ਇਹਨਾਂ ਦੇ ਜਿੰਨੇ ਵੀ ਅਕਾਊਂਟਸ ਐ ਉਹਨਾਂ ਨੂੰ ਫ੍ਰੀਜ਼ ਕਿਨੇ ਕਰਾਇਆ ਅੱਜ ਜਿੰਨੇ ਵੀ ਲੀਡਰਸ ਐ ਉਹਨਾਂ ਉੱਤੇ ਗਲਤ ਕਾਰਵਾਈ ਕੌਣ ਕਰਾਂਦੀ ਐ ਜੇ ਤਾਂ ਇਹਨਾਂ ਦੇ ਜਾਂ ਤਾਂ ਇਹਨਾਂ ਦੀ ਗੱਲਾਂ ਮੰਨੋ ਨਹੀਂ ਤਾਂ ਆਪਣੇ ਉੱਤੇ ਈਡੀ ਤੇ ਸੀਬੀਆਈ ਦੀ ਰੇਡ ਕਰੋ ਔਰ ਚਾਵਲਾ ਜੀ ਨੂੰ ਜਾਂ ਤਾਂ ਈਡੀ ਤੇ ਸੀਬੀਆਈ ਦਾ ਖਤਰਾ ਐ ਜਾਂ ਹੋਰ ਕੋਈ ਇੰਟਰਸਟ ਜਿਹਦੇ ਕਰਕੇ ਗਏ ਨੇ ਜਿਹੜੇ ਇੱਕ ਦਿਨ ਪਹਿਲਾਂ ਤੇ ਪ੍ਰਚਾਰ ਕਰਦੇ ਦਿਖਦੇ ਇਹ ਸਵਾਲ ਕੀਤਾ ਸੀ ਕਿ ਇੱਕ ਦਿਨ ਪਹਿਲਾਂ ਉਹ ਪ੍ਰਚਾਰ ਕਰ ਰਹੇ ਸੀਗੇ ਅਚਾਨਕ ਕੀ ਹੋਇਆ ਤਾਂ ਉਹਨਾਂ ਨੇ ਕਿਹਾ ਬਹੁਤ ਸਈ ਇੰਟਰਨਲ ਚੀਜ਼ਾਂ ਹੁੰਦੀਆਂ ਹੋ ਜਿਹੜੀ ਬਾਹਰ ਨਹੀਂ ਅਸੀਂ ਦਿਖਾ ਸਕਦੇ ਨਹੀਂ ਫਿਰ ਇਹ ਦੁਗਲੀ ਪਾਲਿਸੀ ਹੋ ਗਈ ਕਦੀ ਕੁਝ ਕਹਿ ਰਹੇ ਹੋ ਕਦੀ ਕੁਝ ਕਹਿ ਰਹੇ ਇਹ ਖੁਦ ਨੋਮੀਨੇਸ਼ਨ ਦੇ ਟਾਈਮ ਦੇ ਉੱਤੇ ਉੱਥੇ ਪ੍ਰੈਜ਼ెంట్ ਸੀਗੇ ਡਿਸਕਸ਼ਨ ਦੇ ਅੰਦਰ ਪ੍ਰੈਜ਼ੈਂਸੀ ਜਦ ਇਹਨਾਂ ਨੂੰ ਸਟਰਾਰ ਕੈਂਪੇਨਰ ਲਾਇਆ ਗਿਆ ਤਦ ਲਿਸ਼ਚੇ ਨਾ ਨਾਮ ਸੀਗੇ ਇਹ ਸਾਰੀ ਚੀਜ਼ਾਂ ਆਪਣੇ ਸੈਲਫ ਇੰਟਰਸਟ ਲਈ ਕਰਦੇ ਰਹੇ ਔਰ ਮੌਕੇ ਦੇ ਉੱਤੇ ਜਾ ਕੇ ਇਹਨਾਂ ਨੇ ਆਪਣਾ ਪਾਸਾ ਹੀ ਬਦਲਤਾ ਔਰ ਮੈਂ ਤੁਹਾਨੂੰ ਬਾਰ-ਬਾਰ ਕਹ ਰਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ ਆਲਰੇਡੀ ਇਹ ਚੀਜ਼ਾਂ ਦੇਖੀਆਂ ਨੇ ਔਰ ਇਹਦਾ ਬਦਲਾ ਜਿਹੜਾ ਹੈ ਉਹ ਵੋਟ ਦੇ ਕੇ ਕਰਨਗੇ ਤੇ ਬਿਲਕੁਲ ਸੁਭਾਸ਼ ਚਾਵਲਾ ਵੱਲੋਂ ਭਾਜਪਾ ਜੁਆਇਨ ਕੀਤੀ ਹੈ ਤੇ ਹਾਲਾਂਕਿ ਆਮ ਆਦਮੀ ਪਾਰਟੀ ਤੇ ਵੀ ਇਲਜ਼ਾਮ ਲਾਇਆ ਸੀ ਕਿ ਸਿਰਫ ਆਮ ਆਦਮੀ ਪਾਰਟੀ ਔਰ ਕਾਂਗਰਸ ਅਲਾਈਅንስ ਕਰਕੇ ਹੀ ਮੈਂ ਪਾਰਟੀ ਛੱਡ ਰਿਹਾ ਹਾਲਾਂਕਿ ਸਨੀ ਅਲੋਵਾਲੀਆ ਵੱਲੋਂ ਕਿਹਾ ਗਿਆ ਕਿ ਇਹਨਾਂ ਨੇ ਮੀਟਿੰਗ ਵੀ ਕੀਤੀ ਬਕਾਇਦਾ ਜਨਵਰੀ ਦੇ ਵਿੱਚ ਕਿ ਅਸੀਂ ਅਲਾਈਸ ਕਰਨ ਤੋਂ ਬਾਅਦ ਕਾਫੀ ਚੀਜ਼ਾਂ ਕਰਨੀ ਹੈ ਕਾਫੀ ਡਿਵੈਲਪਮੈਂਟ ਦੀ ਗੱਲ ਕਰਨੀ ਹੈ ਲੇਕਿਨ ਹੁਣ ਪਲਟਵਾਰ ਜਿਹੜਾ ਹੈਗਾ ਪਲਟੇ ਦੇ ਨਜ਼ਰ ਆਏ ਕਿ ਕਿਸ ਤਰ੍ਹਾਂ ਦਾ ਰਿਹਾ ਹੁਣ ਦੇਖਣਾ ਹੋਵੇਗਾ 1 ਜੂਨ ਨੂੰ ਜਿਹੜਾ VOTING ਹੈ ਉਸ ਤੋਂ ਬਾਅਦ 4 ਤਰੀਕ ਨੂੰ ਰਿਜ਼ਲਟ ਹੈ ਹੁਣ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੀ ਜਿਹੜੇ ਤਖਤਾ ਹੈ ਉਹ ਪੜਦਾ ਚੰਡੀਗੜ੍ਹ ਤੋਂ ਕੈਮਰਾਮੈਨ ਸੰਪਤੀ ਸਿਗਨਲ ਮਨੋਜ ਰਾਠੀ ਨਿਊਜ਼ 18 5